ਕਿ ਜੰਮਦੇ ਬੱਚੇ ਨੂੰ ਜਨਾਬ ਲੱਤਾਂ ਮਾਰਨੀਆਂ ਸ਼ੁਰੂ ਕਰਦੀ ਹੈ ਢਿੱਡ ਦੇ ਵਿੱਚ। ਤੁਸੀਂ ਕਹੋਗੇ ਕਮਾਲ ਹੈ, ਚੰਗੀ ਮਾਂ ਹੈ, ਜੰਮਦਾ ਬੱਚਾ ਢਿੱਡ 'ਚ ਲੱਤਾਂ ਮਾਰਦੀ ਪਈ ਹੈ, ਉਨੀ ਦੇਰ ਤੱਕ ਲੱਤਾਂ ਮਾਰਦੀ ਹੈ ਜਿੰਨੀ ਦੇਰ ਤੱਕ ਬੱਚਾ ਉੱਠ ਕੇ ਖੜਾ ਨਹੀਂ ਹੋ ਜਾਂਦਾ। ਬੱਚਾ ਉੱਠ ਕੇ ਖੜਾ ਹੁੰਦਾ, ਫਿਰ ਨਾਲ ਖੜਾ ਕੇ ਡਿੱਗ ਪੈਂਦਾ, ਉਹ ਫਿਰ ਲੱਤਾਂ ਮਾਰਦੀ ਹੈ। ਬੱਚਾ ਫਿਰ ਖੜਾ ਹੁੰਦਾ, ਫਿਰ ਡਿੱਗ ਪੈਂਦਾ, ਉਹ ਫਿਰ ਲੱਤਾਂ ਮਾਰਦੀ ਹੈ। ਬੱਚਾ ਉੱਠ ਕੇ ਖੜਾ ਹੋ ਜਾਂਦਾ, ਉਹਨੂੰ ਪਤਾ ਵੀ ਲੱਤਾਂ ਮਚਣੀਆਂ ਜੇ ਮੈਂ ਡਿੱਗਿਆ, ਉੱਠ ਕੇ ਤੁਰਨ ਲੱਗ ਪੈਂਦਾ। ਤੁਸੀਂ ਕਹੋਗੇ ਬੜੀ ਜ਼ਾਲਮ ਹੈ ਮਾਂ, ਉਹ ਜ਼ਾਲਮ ਨਹੀਂ, ਉਹਨੂੰ ਪਤਾ ਜੇ ਇੱਥੇ ਪਿਆ ਰਿਹਾ, ਉੱਠ ਕੇ ਮੇਰੇ ਨਾਲ ਨਾ ਤੁਰਿਆ, ਇਹਨੂੰ ਸ਼ੇਰ ਖਾ ਜਾਏਗਾ। ਉਹ ਸ਼ੇਰ ਨੂੰ ਖਾਣ ਵਾਸਤੇ ਆਪਣੇ ਬੱਚੇ ਨੂੰ ਛੱਡ ਕੇ ਨਹੀਂ ਜਾ ਸਕਦੀ, ਉਹ ਲੱਤਾਂ ਮਾਰਦੀ ਹੈ। ਕਿਉਂ? ਬੱਚਾ ਉਹਦੇ ਨਾਲ ਤੁਰ ਪਵੇ, ਸੱਚੇ ਪਾਤਸ਼ਾਹ ਵੀ ਤੁਹਾਡੇ ਕੋਲ ਮੁਸ਼ਕਲਾਂ ਨੂੰ ਭੇਜਦਾ, ਪ੍ਰੋਬਲਮਾਂ ਨੂੰ ਭੇਜਦਾ। ਉਹਨੂੰ ਪਤਾ ਜੇ ਤੁਸੀਂ ਪ੍ਰੋਬਲਮਾਂ ਨੂੰ ਫੇਸ ਕਰੋਗੇ, ਚੈਲੇਂਜ ਤੁਹਾਡੇ ਕੋਲ ਆਉਣਗੇ, ਇਮਤਿਹਾਨ ਪਾਸ ਕਰੋਗੇ, ਤਾਂ ਹੀ ਅੱਗੇ ਵਧੋਗੇ।